Hey everyone, this is Satnam here from Alchemist Academy, and today I've got Navneet here with me, who got his 65 each in his very first score after training with Alchemist Academy. Now his score was listening 70, reading 78, speaking 82, and writing 69. So congratulations on that, Navneet. Thank you, sir. Now Navneet, main chahunda ki tusi pehla apna experience share karo ki tuhanu test vich jadon tusi test vich gaye sige te tuhanu pehli cheez tusi kinne hafte padhe ho ya kinne days tusi padhe ho padhai kiti ya te naal hi tuhanu experience kivein da sige test vich. Main training ethe lagbhag ਸ਼ਾਇਦ ਇੱਕ ਮਹੀਨੇ ਤੋਂ ਵੱਧ ਪ੍ਰੈਕਟਿਸ ਕੀਤੀ ਆ ਐਲਕੈਮਿਸਟਰੀ ਲੈਬ ਦੇ ਵਿੱਚ. ਉਸ ਤੋਂ ਪਹਿਲਾਂ ਮੈਂ ਬਹੁਤ ਘੱਟ ਪ੍ਰੈਕਟਿਸ ਕੀਤੀ ਸੀ ਅਤੇ ਮੇਰਾ ਐਕਸਪੀਰੀਅੰਸ ਇਹ ਸੀ ਵੀ ਮੈਂ ਥੋੜ੍ਹਾ ਕੌਨਫੀਡੈਂਟ ਸੀ ਇਸ ਵਾਰ, ਕਿਉਂਕਿ ਜਿੱਦਾਂ ਮੈਂ ਪ੍ਰੈਕਟਿਸ ਕੀਤੀ ਸੀ ਮੈਨੂੰ ਲੱਗਦਾ ਸੀਗਾ ਵੀ ਮੈਂ ਪਾਸ ਕਰ ਲੂੰਗਾ, ਅਤੇ ਜਿੱਦਾਂ ਤੁਸੀਂ ਮੈਨੂੰ ਗਾਈਡ ਕੀਤਾ ਸੀਗਾ ਤਾਂ ਮੈਨੂੰ ਲੱਗਦਾ ਸੀਗਾ ਵੀ ਇਸ ਵਾਰ ਸਹੀ ਹੋ ਜੂਗਾ. ਓਕੇ, ਅਤੇ ਜਿੱਦਾਂ ਆਪਾਂ ਜਿਹੜੀ ਤੁਸੀਂ ਮੈਨੂੰ ਹੁਣ ਜਿੱਦਾਂ ਦੱਸਦੇ ਪਏ ਸੀਗੇ ਥੋੜ੍ਹੀ ਦੇਰ ਪਹਿਲਾਂ ਹੀ ਕਿ ਤੁਹਾਨੂੰ ਕੁਐਸਚਨਸ ਜਿਹੜੇ ਸੀਗੇ ਕੋਮਨ ਆਏ ਨੇ ਸੋਫਟਵੇਅਰ ਤੋਂ, ਤੁਹਾਨੂੰ ਕਿੰਨਾ ਪਰਸੈਂਟ ਤੁਸੀਂ ਕਹੋਗੇ ਕਿਹੜੇ ਕਿਹੜੇ ਸੈਕਸ਼ਨ ਵਿੱਚ ਤੁਹਾਨੂੰ ਕੋਮਨ ਕੁਐਸਚਨਸ ਆਏ ਨੇ AI ਤੋਂ? ਮੈਨੂੰ ਲੱਗਦਾ ਵੀ ਜਿੱਦਾਂ ਮੈਂ ਜੋ ਲੈਬ ਦੇ ਵਿੱਚ ਪ੍ਰੈਕਟਿਸ ਕੀਤੀ ਸੀ ਉਸ ਦੇ ਵਿੱਚ ਮੈਨੂੰ 60% ਐਟਲੀਸਟ ਮੈਨੂੰ ਸੇਮ ਕੁਐਸਚਨਸ ਆਏ ਨੇ. ਅਤੇ ਜਿੱਦਾਂ ਐਸੇ ਮੈਨੂੰ ਉਹ ਆਏ ਜੋ ਮੈਂ ਇੱਥੇ ਲੈਬ ਦੇ ਵਿੱਚ ਪ੍ਰੈਕਟਿਸ ਕੀਤੀ ਸੀਗੀ, ਅਤੇ ਫਿਲਿੰਗ ਬਲੈਂਕਸ ਸਿਮੀਲਰ ਸੀਗੀਆਂ, ਅਤੇ ਸਪੋਕਨ ਟੈਸਟ, ਅਤੇ ਆਪਣਾ ਰਿਪੀਟ ਸੈਂਟੈਂਸ ਸਭ ਉਹ ਸੀਗੇ. ਅਤੇ ਰਿਪੀਟ ਸੈਂਟੈਂਸ ਵਿੱਚ ਨਵਦੀਪ, ਜਿੱਦਾਂ ਆਪਾਂ ਹੁਣ ਥੋੜ੍ਹੇ ਟਾਈਮ ਪਹਿਲਾਂ ਪ੍ਰੈਕਟਿਸ ਕਰਦੇ ਪਏ ਸੀ ਉਹ 1-on-1 ਸੀ, ਹਾਂਜੀ, AI ਬੇਸ ਨਹੀਂ ਸੀਗੇ, ਮੋਰ ਆਫ ਲਾਈਕ ਵਰਬਲ, ਅਤੇ ਤੁਹਾਨੂੰ ਉਹ ਪ੍ਰੈਕਟਿਸ ਕਿਵੇਂ ਦੀ ਲੱਗੀ ਕਿ ਜਿੱਦਾਂ ਆਪਾਂ ਸਾਹਮਣੇ ਬੈਠਾ ਕੇ ਜਦੋਂ ਤੁਹਾਨੂੰ ਆਪਾਂ ਰਿਪੀਟ ਸੈਂਟੈਂਸਿਸ ਪੁੱਛਦੇ ਹਾਂ? ਸ਼ਾਇਦ ਉਹਦੇ ਨਾਲ ਜ਼ਿਆਦਾ ਕੰਸਨਟ੍ਰੇਟ ਬਣਦੀ ਹੈ ਜੀ, ਅਤੇ ਆਪਾਂ ਜ਼ਿਆਦਾ ਜਲਦੀ ਰਿਪੀਟ ਕਰਦੇ ਹਾਂ ਉੱਦਾਂ. ਜਦੋਂ ਆਪਣੇ ਸਾਹਮਣੇ ਕੋਈ ਬੈਠਾ ਹੁੰਦਾ ਤਾਂ ਆਪਾਂ ਜ਼ਿਆਦਾ ਧਿਆਨ ਨਾਲ ਸੁਣਦੇ ਹਾਂ, ਅਤੇ ਉਹਦੇ ਨਾਲ ਪ੍ਰੈਕਟਿਸ ਹੁਣ ਵਧੀਆ ਹੁੰਦੀ ਹੈ. ਓਕੇ, ਅਤੇ ਤੁਹਾਡਾ ਓਵਰਆਲ ਐਕਸਪੀਰੀਅੰਸ ਕਿਵੇਂ ਦਾ ਰਿਹਾ? ਇੱਕ ਤਾਂ ਤੁਹਾਡੀ AI ਦੇ ਨਾਲ, ਤੁਹਾਨੂੰ AI ਕਿਵੇਂ ਦੀ ਲੱਗੀ? ਕਿਉਂਕਿ ਜਦੋਂ ਬਹੁਤ ਤੁਸੀਂ ਕਾਫੀ ਟਾਈਮ ਪਹਿਲਾਂ ਆਏ ਸੀ, ਪਰ ਤੁਸੀਂ ਵਿੱਚੇ ਨਵਨੀਤ ਨੇ ਪ੍ਰੈਪਰੇਸ਼ਨ ਬਿਲਕੁਲ ਹੀ ਜਮਾ ਹੀ ਛੱਡਤੀ ਸੀ ਵਿੱਚੇ, ਐਂਡ ਕਾਫੀ ਲੰਬੇ ਟਾਈਮ ਨਵਨੀਤ ਨਹੀਂ ਆਏ, ਆਈ ਥਿੰਕ ਕੰਮ ਦੇ ਕਰਕੇ, ਐਂਡ ਦੈਨ ਉਸ ਟਾਈਮ ਸਾਡੀ AI ਇੱਕ ਪੁਰਾਣੇ ਵਰਜ਼ਨ 'ਤੇ ਸੀਗੀ, ਲੇਕਿਨ ਜਦੋਂ ਤੁਸੀਂ ਵਾਪਸ ਆਇਓ ਸਾਡੀ AI ਟੋਟਲੀ ਰੀਡਨ ਸੀਗੀ, ਅਤੇ ਤੁਹਾਨੂੰ ਐਕਸਪੀਰੀਅੰਸ ਕਿਵੇਂ ਦਾ ਰਿਹਾ AI ਯੂਜ਼ ਕਰਨ ਦਾ? ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ. ਮੈਨੂੰ ਲੱਗਦਾ ਸੀ ਵੀ ਜਿੰਨਾ ਤੱਕ ਮੇਰਾ ਡਿਜ਼ਾਇਰ ਸਕੋਰ ਨਹੀਂ ਹੁੰਦਾ ਤਾਂ ਵੀ ਮੈਂ ਇੱਥੇ ਕੰਟੀਨਿਊ ਕਰੂੰਗਾ, ਵੀ ਇੱਥੋਂ ਬੈਸਟ ਮੈਨੂੰ ਹੋਰ ਕਿਤੇ ਮਿਲ ਨਹੀਂ ਸਕਦਾ. ਅਤੇ ਮੈਂ ਪਹਿਲਾਂ 1-2 ਇੰਸਟੀਟਿਊਟ ਹੋਰ ਵੀ ਟਰਾਈ ਕੀਤੇ ਸੀ ਬ੍ਰਿਸਬੇਨ ਦੇ ਵਿੱਚ, ਜੋ ਕਿ ਟੋਟਲੀ ਲਾਈਕ ਯੂਨੀ AP ਯੂਨੀ ਤੋਂ ਹੀ ਸਾਰੀ ਪ੍ਰੈਕਟਿਸ ਕਰਾਉਂਦੇ ਸੀ, ਜੋ ਜ਼ਿਆਦਾ ਟਰੱਸਟਵਰਦੀ ਜੀ ਨਹੀਂ ਲੱਗੀ ਮੈਨੂੰ. ਅਤੇ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ ਜੀ, ਬਹੁਤ ਗਾਈਡੈਂਸ ਸਹੀ ਸੀ, ਅਤੇ ਜਿੱਦਾਂ ਮੋਟੀਵੇਟ ਕੀਤਾ ਤੁਸੀਂ, ਜਿੱਦਾਂ ਫੋਨ ਕਰ ਕਰਕੇ ਬੁਲਾਉਂਦੇ ਸੀਗੇ, ਤਾਂ ਸਾਰਾ ਕੁਛ ਵਧੀਆ ਰਿਹਾ ਜੀ. ਨਹੀਂ ਨਹੀਂ ਉਹ ਤਾਂ ਯਾਰ ਸਾਰੀ ਜੀ ਗੱਲ ਹੈ ਕਿ ਇਫ ਯੂ ਕਮ ਵੀ ਹੈਵ ਟੂ ਗੈਟ ਯੂ ਦ ਸਕੋਰ. ਅਤੇ ਇੱਕ ਆਖਰੀ ਕੁਐਸਚਨ ਜਿਹੜਾ ਸੀਗਾ, ਤੁਸੀਂ ਮੌਕ ਟੈਸਟ ਵੀ ਕੀਤਾ ਸੀਗਾ, ਹਾਂਜੀ, ਕਰੈਕਟ? ਅਤੇ ਮੈਨੂੰ ਗੱਲ ਇੱਦਾਂ ਦੱਸਿਓ ਕਿ ਜਦੋਂ ਤੁਸੀਂ ਆਹ ਜਿਹੜਾ ਪਿਛਲਾ ਮੌਕ ਟੈਸਟ ਕੀਤਾ ਸੀਗਾ, ਹਾਂਜੀ, ਉਹਦੇ ਵਿੱਚ ਤੁਹਾਡਾ ਸਪੀਕਿੰਗ ਦਾ ਸਕੋਰ ਕੀ ਸੀਗਾ ਜਿਹੜੀ ਫੁੱਲ ਮੌਕ ਟੈਸਟ ਦੀ ਮੈਂ ਗੱਲ ਕਰਦਾ ਪਿਆ? ਉਸਦੇ ਵਿੱਚ 79 ਸੀ, ਅਤੇ ਆਪਣੇ ਰੀਅਲ ਐਗਜ਼ਾਮ ਦੇ ਵਿੱਚ 82 ਨੇ. 82 ਸੀ. ਸੋ ਯੂ ਕੈਨ ਅੰਡਰਸਟੈਂਡ ਗਾਈਸ ਕਿ AI ਕਿੰਨੀ ਜ਼ਿਆਦਾ ਐਕਿਊਰੇਟ ਆ, ਕਿਉਂਕਿ ਜੋ ਸਕੋਰ ਉਹਨਾਂ ਨੂੰ ਸਪੀਕਿੰਗ 'ਚ ਆਇਆ ਉਹੀ ਸਕੋਰ ਉਹਨਾਂ ਨੂੰ ਰੀਅਲ ਐਗਜ਼ਾਮ 'ਚ ਵੀ ਆਇਆ. ਔਰ ਨਵਨੀਤ ਸਭ ਜ਼ਿਆਦਾ ਸਟ੍ਰੈਸ ਆਪਣੀ ਸਪੀਕਿੰਗ ਔਰ ਰੀਡਿੰਗ ਨੂੰ ਲੈ ਕੇ ਹੀ ਸੀਗੇ, ਐਂਡ ਇਹਨਾਂ ਦੋਨੋਂ 'ਚ ਹੀ ਇਸ ਡਨ ਐਕਸਟ੍ਰੀਮਲੀ ਵੈਲ. ਹੀ ਇਸ ਗੋਟ 78 ਇਨ ਰੀਡਿੰਗ, 1.68 ਤੋਂ ਰਹਿ ਗਏ, ਅਤੇ ਸਪੀਕਿੰਗ 'ਚ ਤਾਂ 82 ਹੈਗੇ ਹੀ ਆ, ਹੈ ਨਾ? ਸੋ ਐਨੀ ਰੈਕਮੈਂਡੇਸ਼ਨ ਜੋ ਵੀ ਆ ਵੀਡੀਓ ਦੇਖ ਰਹੇ ਤੁਸੀਂ ਉਹਨਾਂ ਨੂੰ ਕੁਛ ਕਹਿਣਾ ਚਾਹੋ? ਮੈਂ ਫੁੱਲੀ ਰਿਕਮੈਂਡ ਕਰਦਾ ਵੀ ਇੱਕ ਵਾਰ ਤੁਸੀਂ ਆ ਕੇ ਟਰਾਈ ਕਰੋ ਐਲਕੈਮਿਸਟ, ਇਹ ਤੁਹਾਨੂੰ ਖੁਦ ਹੀ ਪਤਾ ਲੱਗ ਜੂਗਾ ਡਿਫਰੈਂਸ ਥੋੜ੍ਹੇ ਦਿਨਾਂ 'ਚ. ਥੈਂਕ ਯੂ ਸੋ ਮਚ, ਐਂਡ ਐਜ਼ ਆਈ ਆਲਵੇਜ਼ ਸੇ, ਇਫ ਯੂ ਲੁਕਿੰਗ ਟੂ ਟ੍ਰੇਨ ਫੋਰ PT ਔਰ ਨਾਟੀ ਇਨ ਗੋਲਡ ਕੋਸਟ ਔਰ ਬ੍ਰਿਸਬੇਨ, ਲੁੱਕ ਨੋ ਫਰਦਰ, ਐਲਕੈਮਿਸਟ ਅਕੈਡਮੀ ਇਜ਼ ਅ ਪਲੇਸ ਟੂ ਬੀ.